मैं बहुत एक्साइटेड है यार फिल्म देखने के लिए। रंजन हाँ बीबी तेरा करे मनोरंजन। मैं पहला मुकर गया ही कर तू मैं ना यार बाबे पे बाबे नकली बाबे पे छे पहन के बाबे कहना था मनोरंजन कर दे नकली बाबे तो दस दौ बंदे ने उन्हें किया अज तक मनोरंजन वो बीबिया ने मनोरंजन कर दे बीबिया को कह गए ना ना थोड़ी धौन ठीक कर देंगे थोड़िया टेंशन दूर कर देंगे कि मॉम डैड की जनरेशन फिर बाबा जी दादी जी उन्होंने जनरेशन आई थिंक उन्होंने एक वो ही चीज़ हो जाएगी कि जिमें वो अपना बचपन देख रहे हैं रिलेटेबल यू नो लाइक इट विल बी रिलेटेबल फॉर देम। गलबात करांगे टैलीविज़न नूं लैके जदों भी टैलीविज़न दा जिक्र हुंदा है तां काफ़ी यादां जिहड़ियां ने दिमाग दे मूहरे आ जांदियां ने अखां दे मूहरे आ जांदियां ने। बचपन दे विच रिमोट दी लड़ाई हुंदी सी गलबात करिए तां शाम दे टाइम जदों भी जिहड़ा प्राइम टाइम हुंदा सी स्कूलों आउण तों बाद एक चीज़ हुंदी सी टैलीविज़न यार घर जाके टैलीविज़न देखांगे फलाना शो देखांगे शक्तिमान देखांगे तां कई यादां जुड़ियां होईयां ने। हरबी संघा भाजी होरी साडे नाल ने एक बड़ी प्यारी मूवी आ रही है गलबात कर लैंदे आं भाजी तों भी पुछ लैंदे आखिर भाजी दियां किहड़ियां किहड़ियां यादां टैलीविज़न नाल जुड़ियां होईयां। ਭਾਜੀ ਮੇਰੀਆਂ ਕਾਫੀ ਯਾਦਾਂ ਜੁੜੀਆਂ ਲਿਆ ਵਿੱਚ ਕਿ ਕੋਫੀ ਦੇਈ ਦੇ ਨਾਲ ਇੱਦਾਂ ਹੀ ਪੀ ਲੈਂਦੇ ਯਾਰ ਸੋਰੀ ਅਤੇ ਵਧੀਆ ਫਿਲਮ ਆ ਯਾਰ ਜਦੋਂ ਅਸੀਂ ਦੇਖ ਦਿੰਦੇ ਸੀ ਉਦੋਂ ਕੋਈ ਚੈਨਲ ਨਹੀਂ ਹੁੰਦਾ ਜੀ ਜ਼ਿਆਦਾ ਹੁਣ ਤਾਂ ਘਰ ਘਰ ਚੈਨਲ ਹੋ ਗਏ ਉਦੋਂ ਕੋਈ ਚੈਨਲ ਨਹੀਂ ਹੁੰਦਾ ਉਦੋਂ ਸਿਰਫ ਟੈਲੀਵਿਜ਼ਨ 'ਤੇ ਹੀ ਆਉਂਦਾ ਹੁੰਦਾ ਸੀ ਪਰ ਟੈਲੀਵਿਜ਼ਨ ਨੂੰ ਸਮਝ ਲੈਂਦੀ ਇਹੀ ਚੈਨਲ ਆ ਹੈ ਨਾ ਉਹ 'ਚ ਵਧੀਆ ਵਧੀਆ ਪ੍ਰੋਗਰਾਮ ਹੁੰਦੇ ਸੀ ਕਰ ਕਰਕੇ ਖੁੱਲ੍ਹਾ ਹੁੰਦਾ ਸੀ ਸ਼ਟਰ ਵਾਲਾ ਟੀ ਵੀ ਟੈਲੀਵਿਜ਼ਨ ਸੋ ਬਹੁਤ ਵਧੀਆ ਯਾਰ ਮੈਨੂੰ ਇੰਨੀ ਖੁਸ਼ੀ ਆ ਵੀ ਟੈਲੀਵਿਜ਼ਨ ਨੂੰ ਇਸ ਸ਼ਬਦ ਨੂੰ ਜਿਉਂਦਾ ਰੱਖਣ ਲਈ ਇਹਨਾਂ ਨੇ ਫਿਲਮ ਬਣਾਈ ਸਾਗਾ ਕੰਪਨੀ ਨੇ ਔਰ ਸਿਮਰ ਭਾਈ ਦੀ ਪ੍ਰੋਡਕਸ਼ਨ ਹੈ ਔਰ ਮੈਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਕਮਾਲ ਦਾ ਇਹਦੇ ਵਿੱਚ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਯਾਰ ਘੁੱਗੀ ਭਾਅ ਜੀ ਮੇਰੇ ਉਸਤਾਦ ਜੀ ਮੈਂਡੀ ਤੱਖਰ ਜੀ ਕੁਲਵਿੰਦਰ ਬਿੱਲਾ ਬਾਈ ਬਨੀ ਜੀ ਰਾਜ ਧਾਰੀਵਾਲ ਹੋਰ ਬੜੇ ਘੈਂਟ ਕਲਾਕਾਰ ਆ ਜਿਨ੍ਹਾਂ ਨੇ ਵਧਾ ਬਹੁਤ ਵਧੀਆ ਕੰਮ ਕੀਤਾ ਅਤੇ ਮੈਨੂੰ ਮਜ਼ਾ ਇਸ ਗੱਲ ਦਾ ਮੈਂ ਸੱਚੀ ਗੱਲ ਹਾਂ ਮੈਂ ਬਹੁਤ ਐਕਸਾਈਟਡ ਹਾਂ ਯਾਰ ਫਿਲਮ ਦੇਖਣ ਲਈ ਉਹਦੇ ਵਿੱਚ ਮੈਂ ਸੱਚੀ ਇੱਕ ਡਿਫਰੈਂਟ ਕਰੈਕਟਰ ਕੀਤਾ ਨਕਲੀ ਬਾਬੇ ਦਾ ਅਲਾਟ ਨਿਰੰਜਨ ਹਾਂ ਬੀਬੀ ਤੇਰਾ ਕਰੇ ਮਨੋਰੰਜਨ ਸੋ ਉਹ ਮੈਨੂੰ ਤਾਜ ਭਾਜੀ ਨੇ ਸਿਮਰ ਭਾਜੀ ਨੇ ਵੀ ਨਹੀਂ ਨਹੀਂ ਸੰਗੇ ਮੈਂ ਪਹਿਲਾਂ ਮੁੱਕਰ ਗਿਆ ਹੀ ਕਰਨ ਤੋਂ ਮੈਂ ਕਿਹਾ ਨਾ ਯਾਰ ਬਾਬੇ ਪੇ ਬਾਬੇ ਨਕਲੀ ਬਾਬੇ ਪਿੱਛੇ ਪੈਣਗੇ ਨਹੀਂ ਆਪਾਂ ਇੱਕ ਕਰੈਕਟਰ ਨੂੰ ਪਲੇ ਕੀਤਾ ਡਿਜ਼ਾਈਨ ਕੀਤਾ ਔਰ ਬਹੁਤ ਵਧੀਆ ਬੀਬੀਆਂ ਦਾ ਹੀ ਕੱਲਾ ਮਨੋਰੰਜਨ ਕੀਤਾ ਕਿ ਹੋਰ ਵੀ ਮਨੋਰੰਜਨ ਬਾਬੇ ਕਿਹਨਾਂ ਦਾ ਮਨੋਰੰਜਨ ਕਰਦੇ ਨਕਲੀ ਬਾਬੇ ਤੁਸੀਂ ਦੱਸ ਦਿਓ ਬੰਦਿਆਂ ਦਾ ਉਹਨੇ ਕੀਤਾ ਅੱਜ ਤੱਕ ਮਨੋਰੰਜਨ ਉਹ ਬੀਬੀਆਂ ਦਾ ਹੀ ਮਨੋਰੰਜਨ ਕਰਦੇ ਬੀਬੀਆਂ ਨੂੰ ਕਹਿਣਗੇ ਨਾ ਨਾ ਤੁਹਾਡੀ ਧੌਣ ਠੀਕ ਕਰ ਦਿਆਂਗੇ ਤੁਹਾਡੀਆਂ ਟੈਨਸ਼ਨਾਂ ਦੂਰ ਕਰ ਦਿਆਂਗੇ ਬੇਬੇ ਬੰਦਿਆਂ ਵੱਲ ਦੇਖ ਕੇ ਉੱਦਾਂ ਬਾਬੇ ਨੂੰ ਖੁਸ਼ੀ ਪੈ ਜਾਂਦੀ ਆ ਵੀ ਹੁਣ ਇਹਨੂੰ ਵੀ ਠੀਕ ਕਰਨਾ ਤੇ ਇਹ ਤਾਂ ਸਾਲਾ ਬਿਮਾਰੀ ਰਵੇ ਤਾਂ ਠੀਕ ਆ ਸੋ ਇਸ ਕਰਕੇ ਨਹੀਂ ਭਾਅ ਜੀ ਉਹ ਇੱਕ ਮੇਰਾ ਕਰੈਕਟਰ ਆ ਫਨ ਕਰ ਰਹੇ ਹਾਂ ਅਤੇ ਜਸਟ ਜਿਹੜੇ ਨਕਲੀ ਬਾਬੇ ਜਿੱਦਾਂ ਕਰਦੇ ਹੀ ਹੁੰਦੇ ਆ ਹੈ ਨਾ ਉਹ ਮੈਂ ਕੋਸ਼ਿਸ਼ ਕੀਤੀ ਹੈ ਟੈਲੀਵਿਜ਼ਨ ਪਿੱਛੇ ਛਿੱਤਰ ਪਰੇਡ ਹੋਈ ਆ ਘਰੇ ਯਾਰ ਟੈਲੀਵਿਜ਼ਨ ਦੇਖਣਾ ਹੋਰ ਕੀ ਯਾਰ ਬੜੀ ਬੜੀ ਤੁਹਾਡੇ ਛਿੱਤਰ ਪਏ ਯਾਰ ਵੀ ਨਹੀਂ ਅੱਜ ਨਹੀਂ ਜਾਣਾ ਅਸੀਂ ਚੱਲ ਜਾਂਦੇ ਹੁੰਦੇ ਟਾਈਮ ਹੁੰਦਾ ਹੀ ਹੈ ਨਾ ਪ੍ਰੋਗਰਾਮ ਦੇਖੀਦੇ ਸੀ ਵਧੀਆ ਵਧੀਆ ਸੋਹਣੇ ਪ੍ਰੋਗਰਾਮ ਹੁੰਦੇ ਸੀ ਰਮਨ ਕੁਮਾਰ ਭਾਅ ਦੀਆਂ ਖਬਰਾਂ ਸੁਣਦੀਆਂ ਅੱਜ ਵੀ ਖਬਰਾਂ ਬਾ ਕਮਾਲ ਦਿੰਦੇ ਸੋ ਵਧੀਆ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਫਿਲਮ ਨੂੰ ਜ਼ਰੂਰ ਦੇਖਣ ਜਾਇਓ ਕਿਉਂਕਿ ਇੱਕ ਤਾਂ ਮੈਂ ਗਰੰਟੀ ਤੁਹਾਨੂੰ ਇਸ ਗੱਲ ਦੀ ਦਿੰਦਾ ਇਹ ਫਿਲਮ ਡਬਲ ਮੀਨਿੰਗ ਨਹੀਂ ਤੁਸੀਂ ਆਪਣੀ ਫੈਮਿਲੀ ਨਾਲ ਤੁਸੀਂ ਆਪਣੇ ਬੱਚਿਆਂ ਨਾਲ ਆਪਣੀ ਭੂਆ ਨਾਲ ਆਪਣੀ ਸਿਸਟਰ ਨਾਲ ਫੈਮਿਲੀ ਨਾਲ ਫਿਲਮ ਦੇਖ ਸਕਦੇ ਹਾਂ ਔਰ ਤੁਸੀਂ ਇਹਦੇ ਵਿੱਚ ਹੱਸ ਹੱਸ ਕੇ ਲੋਟ ਪੋਟ ਹੋ ਜਾਂਦੇ ਅੱਜ ਕੱਲ੍ਹ ਦੀ ਜਨਰੇਸ਼ਨ ਕਾਫੀ ਬਿਜ਼ੀ ਰਹਿੰਦੀ ਹੈ ਲੱਗਦਾ ਕਿ ਕੰਮਾਂ ਕਾਰਾਂ 'ਚ ਬਿਜ਼ੀ ਹੁੰਦੇ ਆ ਤਾਂ ਇਹ ਮੂਵੀ ਦੇਖ ਕੇ ਉਹ ਪੁਰਾਣੀਆਂ ਚੀਜ਼ਾਂ ਯਾਦ ਆਉਣਗੀਆਂ ਯਾਰ ਕਿਸ ਤਰ੍ਹਾਂ ਦੇ ਨਾਲ ਜਾਂਦੇ ਸੀ ਇੱਕ ਵਾਰੀ ਅਗਰ 2 ਘੰਟੇ ਦੀ ਗੱਲਬਾਤ ਕਰੀਏ 2 ਘੰਟੇ ਤੋਂ ਜ਼ਿਆਦਾ ਦੀ ਮੂਵੀ ਹੈਗੀ ਹੈ ਤਾਂ ਉਹ 2 ਘੰਟੇ ਦੇ ਵਿੱਚ ਪੁਰਾਣਾ ਦੌਰ ਹੀ ਯਾਦ ਆਊਗਾ ਬਿਲਕੁਲ ਲੋਕ ਯਾਰ ਭਾਅ ਜੀ ਮੈਂ ਹਜੇ ਵੀ ਨਾ ਟੀ ਵੀ ਹੁਣ ਤਾਂ ਮੋਬਾਈਲ ਸੀਡੀ ਆ ਗਈ ਹੈ ਪਰ ਮੈਂ ਉਹ ਟੀ ਵੀ ਰੱਖਿਆ ਮੇਰਾ ਘਰ ਬਣ ਰਿਹਾ ਮੈਂ ਉਹਨਾਂ ਨੂੰ ਘਰਦਿਆਂ ਨੂੰ ਕਿਹਾ ਕਹਿੰਦੇ ਯਾਰ ਇਹਨੂੰ ਦਿਓ ਯਾਰ ਮੈਂ ਕਹਿੰਦਾ ਨਾ ਨਾ ਮੇਰੇ ਕਮਰੇ 'ਚ ਉੱਪਰ ਮੌਂਟੀ 'ਚ ਇਹੀ ਰੱਖੂਗਾ ਆਰਾਮ ਨਾਲ ਉਹੀ ਚੱਲੂਗਾ ਚਿੱਤਰ ਹਰਾਉਣਗੇ ਉਹ ਪ੍ਰੋਗਰਾਮ ਮੈਂ ਕਦੇ ਕਦੇ ਦੇਖਿਆ ਕਰਨਾ।
ਜਦੋਂ ਫ੍ਰੀ ਟਾਈਮ 'ਚ ਟੈਲੀਵਿਜ਼ਨ ਦੇਖਿਆ ਕਰਾਂ। ਤਾਂ ਟੈਲੀਵਿਜ਼ਨ ਇੱਕ ਮੂਵੀ ਆ ਰਹੀ ਹੈ, ਉਹ ਕਾਫੀ ਪੁਰਾਣੇ ਦੌਰ ਦੀ ਯਾਦ ਦਿਲਾਉਣ ਵਾਲੀ ਹੈ। ਮੈਂਡੀ ਟੱਕਰ ਸਾਡੇ ਨਾਲ ਹੈ, ਮੈਂਡੀ ਦੇ ਨਾਲ ਗੱਲਬਾਤ ਕਰ ਲੈਂਦੇ। ਮੈਂਡੀ, ਟੈਲੀਵਿਜ਼ਨ ਨੇ ਨਾ ਬੜੀ ਖੱਟੀ ਮਿੱਠੀ ਯਾਦਾਂ ਹੁੰਦੀਆਂ ਨੇ ਬਚਪਨ ਦੀਆਂ, ਭੈਣ ਭਰਾ ਦੀ ਲੜਾਈ ਹੋਵੇ ਰਿਮੋਟ ਨੂੰ ਲੈ ਕੇ, ਜਾਂ ਫਿਰ ਡਾਂਟ ਪੈਂਦੀ ਸੀ ਕੀ ਕਰੋਗੇ, ਟੀਵੀ ਦੇਖਦੇ ਰਹਿਣਾ ਕਿ ਪੜ੍ਹਨਾ ਵੀ ਹੈ। ਤੁਹਾਡੀ ਕੋਈ ਹੈਗੀ ਇੱਦਾਂ ਦੀ? ਹਮੇਸ਼ਾ ਹਮੇਸ਼ਾ ਮੈਂ ਉਹ ਵੀ ਸਾਡੇ ਜੋ ਮੈਨੂੰ ਉਹ ਸਜ਼ਾ ਹੀ ਬਹੁਤ ਖਰਾਬ ਲੱਗਦੀ ਸੀ ਕਿ ਜੇ ਤੁਸੀਂ ਹੋਮਵਰਕ ਨਹੀਂ ਕੀਤਾ ਜਾਂ ਕੋਈ ਘਰੇ ਗਲਤੀ ਕਰ ਲਈ ਤਾਂ ਫਿਰ ਦੱਸ ਇੱਟ ਹੁਣ ਟੀ ਵੀ ਨਹੀਂ ਦੇਖ ਸਕਦੀ। ਸੋ ਉਹ ਮੈਨੂੰ ਬਹੁਤ ਘਟੀਆ ਲੱਗਦਾ ਸੀ। ਮੈਨੂੰ ਹਜੇ ਵੀ ਯਾਦ ਆਈ ਇਸ ਬਲੈਕ, ਹੋਰ ਕੁਛ ਹੋਰ ਕੋਈ ਸਜ਼ਾ ਦੇ ਦਿਉ ਪਰ ਟੀ ਵੀ ਦੇਖ ਲੈਣ ਦਿਉ। ਯੂਨੋ ਅਗਰ ਬਚਪਨ 'ਚ ਸੀ ਫੇਵਰੇਟ ਹੁੰਦੇ ਆ ਬੱਚਿਆਂ ਦੇ ਤਾਂ ਯੂਨੋ ਟੋਮ ਐਂਡ ਜੈਰੀ, ਡਿਜ਼ਨੀ ਦੀਆਂ ਸਾਰੀਆਂ ਫਿਲਮਾਂ, ਸਿੰਡਰੈਲਾ, ਸਨੋ ਵਾਈਟ। ਤਾਂ ਫਿਰ ਮੈਂ ਇਮੈਜਿਨ ਕਰਦੀ ਹੁੰਦੀ ਸੀ ਕਿ ਸਾਰੀਆਂ ਅਸਲੀ ਨੇ ਅਤੇ ਮੇਰੀਆਂ ਸਹੇਲੀਆਂ ਨੇ। ਤਾਂ ਫਿਰ ਮੈਂ ਇਹਨਾਂ ਨੂੰ ਕਦੇ ਕਦੇ ਮਤਲਬ ਗੱਲਾਂ ਕਰਦੀ ਹੁੰਦੀ ਸੀ ਕਾਰਟੂਨਸ ਨਾਲ। ਹਾਂਜੀ, ਕਾਰਟੂਨਸ ਨਾਲ। ਮੈਡੀ, ਇਸ ਟੈਲੀਵਿਜ਼ਨ ਮੂਵੀ ਆ ਰਹੀ ਹੈ ਜਿਹੜੀ, ਉਹ ਪੁਰਾਣੇ ਦੌਰ ਦੀ ਯਾਦ ਦਿਲਾਊਗੀ ਕੁੜੀਆਂ ਨੂੰ ਸਪੈਸ਼ਲੀ? ਕਿਸ ਕਿਹੜੇ ਪਲ ਦੀ ਯਾਦ ਦਿਲਾਊਗੀ, ਕਿਸ ਤਰ੍ਹਾਂ ਸਪੈਸ਼ਲ ਹੋਣ ਵਾਲੀ ਹੈ? ਸੀ ਇਹ ਜਿਹਨੇ ਵੀ ਉਹ ਟਾਈਮ ਹੰਢਾਇਆ, ਜਿੱਦਾਂ ਕਿ ਮਾਮ ਡੈਡ ਦੀ ਜਨਰੇਸ਼ਨ, ਫਿਰ ਬਾਬਾ ਜੀ ਦਾਦੀ ਜੀ ਉਹਨਾਂ ਦੀ ਜਨਰੇਸ਼ਨ, ਆਈ ਥਿੰਕ ਉਹਨਾਂ ਲਈ ਇੱਕ ਉਹੀ ਚੀਜ਼ ਹੋ ਜਾਏਗੀ ਕਿ ਜਿਵੇਂ ਉਹ ਆਪਣਾ ਬਚਪਨ ਦੇਖ ਰਹੇ ਨੇ, ਰਿਲੇਟੇਬਲ, ਯੂ ਨੋ ਲਾਈਕ ਇਟ ਵਿਲ ਬੀ ਰਿਲੇਟੇਬਲ ਫੋਰ ਦੈਮ। ਐਂਡ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਯਾਦ ਆਉਣਗੀਆਂ ਕਿ ਅੱਛਾ ਇੱਦਾਂ ਵੀ ਹੁੰਦਾ ਸੀ, ਉੱਦਾਂ ਵੀ ਹੁੰਦਾ ਸੀ, ਆਹ ਵੀ ਹੁੰਦਾ ਸੀ। ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸੀਗੇ ਉਦੋਂ ਹੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਕਿ ਅਸੀਂ ਸੀਨਸ ਕਰਦੇ ਹੁੰਦੇ ਸੀ ਤਾਂ ਫਿਰ ਬਹੁਤ ਸਾਰੇ ਆਰਟਿਸਟ ਕਹਿ ਦਿੰਦੇ ਸੀ ਯਾਰ ਇੱਦਾਂ ਵੀ ਯਾਦ ਹੈ, ਵੀ ਤੁਹਾਡੇ ਨਾਲ ਵੀ ਇੱਦਾਂ ਹੋਇਆ ਸੀ, ਐਂਟੀਨਾ ਯੇ ਸਾਰੀਆਂ ਚੀਜ਼ਾਂ ਨੂੰ ਲੈ ਕੇ। ਸੋ ਆਖਰੀ ਸਵਾਲ ਹੈ, ਜਿਸ ਤਰ੍ਹਾਂ ਦੇ ਨਾਲ ਪੰਜਾਬ ਦਾ ਮਾਹੌਲ ਚੱਲ ਰਿਹਾ, ਤੁਸੀਂ ਵੀ ਬੀਤੇ ਦਿਨ ਦੇਖਿਆ ਹੋਣਾ, ਤੁਸੀਂ ਵੀ ਉੱਧਰ ਪਹੁੰਚੇ ਸੀਗੇ ਸਿੱਧੂ ਮੂਸੇਵਾਲੇ ਨਾਲ ਜੋ ਵੀ ਹੋਇਆ, ਅੱਜ ਕੱਲ੍ਹ ਲੋਕ ਪੰਜਾਬ ਨੂੰ ਲੈ ਕੇ ਕਾਫੀ ਸਵਾਲ ਚੱਕ ਰਹੇ ਨੇ, ਤਾਂ ਇਹ ਮੂਵੀਆਂ ਕਰਕੇ ਲੱਗਦਾ ਕਿ ਉਹ ਚੀਜ਼ਾਂ ਭੁਲਾਈਆਂ ਜਾਂਦੀਆਂ ਨੇ, ਐਂਟਰਟੇਨਮੈਂਟ ਥੋੜ੍ਹਾ ਕਰਕੇ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਨਾਲ ਚੱਲ ਰਹੇ ਨੇ, ਲੱਗਦਾ ਕਿ ਇਹ ਮੂਵੀ ਥੋੜ੍ਹੇ ਮਿੰਟਾਂ ਦੇ ਲਈ ਐਂਟਰਟੇਨ ਕਰੂਗੀ, ਖੁਸ਼ੀ ਭਰੂਗੀ ਜਿਹੜੇ ਡਿਪਰੈਸਡ ਹੋਏ ਪਏ ਨੇ ਪੰਜਾਬ ਦੇ? ਕੁਛ ਟਾਈਮ ਲਈ, ਆਈ ਗੈਸ ਕੁਛ ਟਾਈਮ ਤੁਸੀਂ ਆਪਣਾ ਮਤਲਬ ਮਾਇੰਡ ਭਟਕਾ ਲਓ, ਭਟਕ ਜਾਏਗਾ। ਯੂਨੋ ਇਹ ਆਪਣਾ ਕੰਮ ਹੈ, ਆਪਣੀ ਮਤਲਬ ਆਪਣੀਆਂ ਕਮਿਟਮੈਂਟਸ ਨੇ ਇਨ ਟਰਮਸ ਆਫ ਲਾਈਕ ਜੋ ਮੂਵੀਜ਼ ਨੇ ਰਾਈਟ ਨਾ। ਮੈਂ ਓਨੈਸਟਲੀ ਮੈਂ ਆਈ ਥਿੰਕ ਕੱਲ੍ਹ ਹੀ ਪੋਸਟ ਪਾਇਆ ਸੀ ਕਿ ਜੇ ਮੇਰਾ ਬਸ ਚੱਲਦਾ ਮੈਂ ਤਾਂ ਮਤਲਬ ਕੁਛ ਮਹੀਨੇ ਇੰਡਸਟਰੀ ਬੰਦ ਹੀ ਕਰ ਦਿੰਦੀ। ਯੂਨੋ ਕਿ ਨਹੀਂ ਆਪਾਂ ਨਹੀਂ ਕਰਨਾ ਕੰਮ ਜਦ ਤੱਕ ਜਸਟਿਸ ਨਹੀਂ ਮਿਲਦੀ, ਆਪਾਂ ਮਤਲਬ ਆਪਾਂ ਮਿਲ ਕੇ ਕੁਛ ਕਰੀਏ। ਯੂਨੋ ਬਟ ਦੁਨੀਆ, ਕੰਮ, ਵਕਤ, ਲਾਈਕ ਬੰਦਾ ਮੁੱਕ ਜਾਂਦਾ ਉਹ ਮਤਲਬ ਸਾਡੇ ਲਈ ਰੁਕਦਾ ਨਹੀਂ, ਉਹ ਨਹੀਂ ਮੁੱਕਦੀਆਂ ਜਿਹੜੀਆਂ ਦੁਨੀਆਦਾਰੀ ਦੀਆਂ ਚੀਜ਼ਾਂ ਹੁੰਦੀਆਂ। ਸੋ ਉਹਦੇ ਲਈ ਆਪਾਂ ਅਲੱਗ ਇੰਟਰਵਿਊ ਕਰਾਂਗੇ, ਬਿਕੋਜ਼ ਹੁਣ ਮਤਲਬ ਹੁਣ ਟਾਈਮ ਹੋ ਗਿਆ ਦੋ ਲਫ਼ਜ਼ਾਂ 'ਚ, ਮੈਂ ਕੁਛ ਮਤਲਬ ਦੋ ਲਫ਼ਜ਼ਾਂ 'ਚ ਕਹਿ ਕੇ ਮੈਂ ਕੁਛ ਬੇਇੱਜ਼ਤੀ ਨਹੀਂ ਕਰਨਾ ਚਾਹੁੰਦੀ ਸਿੱਧੂ ਦੀ, ਬਿਕੋਜ਼ ਉਹਦੇ ਲਈ ਦੋ ਲਫ਼ਜ਼ ਕਾਫੀ ਨਹੀਂ ਹੈ ਫਿਰ ਕਦੇ। ਅਤੇ ਬੜੀ ਪਿਆਰੀ ਮੂਵੀ ਆ ਰਹੀ ਹੈ ਟੈਲੀਵਿਜ਼ਨ, ਜਿਸ ਤਰ੍ਹਾਂ ਦੇ ਨਾਲ ਪੰਜਾਬ ਦਾ ਮਾਹੌਲ ਹੈਗਾ, ਅਤੇ ਉਸਦੇ ਅਕੋਰਡਿੰਗਲੀ ਅਗਰ ਟੈਲੀਵਿਜ਼ਨ ਮੂਵੀ ਦੇਖੋਗੇ, ਫੈਮਿਲੀ ਦੇ ਨਾਲ ਦੇਖੋਗੇ, ਦੋਸਤਾਂ ਦੇ ਨਾਲ ਦੇਖੋਗੇ, ਤਾਂ ਕਾਫੀ ਐਂਟਰਟੇਨ ਹੋਊਗੇ, ਪੁਰਾਣਾ ਦੌਰ ਵੀ ਯਾਦ ਆ ਸਕਦਾ। ਅਤੇ ਮੈਂਡੀ ਟੱਕਰ ਸਾਡੇ ਨਾਲ ਸੀਗੇ ਅਤੇ ਗੱਲਬਾਤ ਕੀਤੀ ਹੈ, ਇਹ ਤਮਾਮ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬੁੱਕ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਬੜੀ ਜਨਰਲਿਸਟ ਮੁਕੁਲ ਦੇ ਨਾਲ ਜੈਪਰ ਮਤ ਸਮਨਿਸ਼ ਚੰਡੀਗੜ੍ਹ।